ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਅੱਜ ਦੇ ਵਲੋਗ 'ਚ। ਆਪਾਂ ਹੁਣ ਵਲੋਗ ਬਣਾਉਂਦੇ ਸੀਗੇ ਆਪਣੇ ਵਿਆਹ ਘਰੇ, ਅਤੇ ਤੁਹਾਨੂੰ ਦਿਖਾਵਾਂਗੇ ਆਪਾਂ ਹੋਰ ਤਾਂ ਆਪਣਾ ਕਿਹੜਾ ਲੱਗਣਾ ਨਹੀਂ, ਸਾਰਾ ਸਮਾਨ ਆਜੂਗਾ। ਅਤੇ ਆਪਾਂ ਇੱਕ ਤਾਂ ਡੀਜ਼ਲ ਲਿਆਉਣਾ, 50 ਲੀਟਰ ਇਹ 'ਚ ਲਿਆਉਂਦੇ ਹਾਂ, ਟੈਂਕੀ ਭਰਾ ਲਿਆਵਾਂਗੇ, 120 ਲੀਟਰ ਡੀਜ਼ਲ ਆਜੂਗਾ। ਬਾਕੀ ਪੰਜਾਬ 'ਚ ਲਿਆਵਾਂਗੇ, ਹੁਣ ਖੜ੍ਹੇ ਪੈਰ ਆਉਣਾ ਨਹੀਂ, ਤਾਂ ਕਰਕੇ ਮੈਂ ਲੈਣ ਚੱਲਿਆ। ਚਲੋ ਤੁਹਾਨੂੰ ਦਿਖਾਉਣੇ ਅੱਗੇ ਦਾ ਪ੍ਰੋਸੈਸ, ਆਪਾਂ ਟਰੈਕਟਰ ਵੀ ਧਵਾਵਾਂਗੇ, ਸਾਰਾ ਕੁਛ ਕਰਾਉਣੇ ਆ, ਤਾਂ ਅੱਗੇ ਵੇਹ 'ਤੇ ਚੱਲਿਓ ਜੇ, ਠੀਕ ਹੈ ਜੀ। ਉੱਧਰੋਂ ਆਪਾਂ ਨਿਕਲ ਗਏ ਪਿੰਡ, ਅਤੇ ਹੁਣ ਆਪਾਂ ਨਿਕਲੇ ਹਾਂ ਜੇ 8-9 ਕਿਲੋਮੀਟਰ ਹੈਗਾ, ਅਤੇ ਗੇਲਣ ਆਪਾਂ ਬੰਨ ਲਿਆ, 60 ਲੀਟਰ ਇਹ 'ਚ ਆਜੂਗਾ, 60 ਕੁ ਵਿੱਚ ਪੈ ਜੂਗਾ, ਕੋਈ 100 ਕੁ ਲੀਟਰ 120 ਲੀਟਰ ਆਜੂਗਾ, ਅਤੇ ਬਾਕੀ ਆਪਾਂ ਡਰੰਮ ਮੰਗਾ ਲਾਂਗੇ ਪੰਜਾਬ 'ਚ। ਹੁਣ ਖੜ੍ਹੇ ਪੈਰ ਆਉਣਾ ਨਹੀਂ ਸੀ, ਤਾਂ ਕਰਕੇ ਮੈਂ ਚੱਲ ਡੀਜ਼ਲ ਲਿਆਉਂਦੇ ਹਾਂ, ਜਨਰੇਟਰ ਜਿਹਨੂੰ ਟਰਲਾਉਣਾ ਪਊਗਾ, ਤਾਂ ਫਿਰ ਲੈਣ ਚੱਲ ਪਿਆ ਮੈਂ। ਅਤੇ ਚਲੋ ਤੁਹਾਨੂੰ ਅੱਗੇ ਦਾ ਪ੍ਰੋਸੈਸ ਦਿਖਾਉਣੇ ਆ, ਅਜੇ ਧਵਾਉਣਾ ਵੀ ਹੈ ਟਰੈਕਟਰ। ਆਪਾਂ ਦੋ ਵੀ ਆ ਗਏ, ਦੋ ਵੀ ਨਿਕਲ ਗਏ ਹਾਂ, ਹੁਣ ਦੋ ਵੀ ਤਾਂ ਥੋੜ੍ਹੀ ਵਾਟ ਹੀ ਹੈਗਾ, 5-7 ਕਿਲੋਮੀਟਰ ਹੋਊਗਾ, ਹੁਣ ਆਪਾਂ ਚੱਲਦੇ ਹਾਂ। ਆਪਾਂ ਸਾਧਾਂ ਵਾਲੀ ਘਾਟ ਆ ਗਏ, ਆਪਾਂ ਸਾਧਾਂ ਵਾਲੀ ਘਾਟ ਵੜ ਕੇ ਹੁਣ ਐਂ ਚੱਲਦੇ ਹਾਂ ਮੰਡੀ, ਬਾਜ਼ਾਰ ਵਿੱਚ ਚੱਲਦੇ ਹਾਂ ਐਂ ਵੀ। ਕੋਈ ਮਿੱਤਰ ਆਪਾਂ ਪਹੁੰਚ ਗਏ ਟੀਨੂੰ ਦੇ, ਅਤੇ ਟੀਨੂੰ ਅਜੇ ਗੱਡੀ ਸਾਫ਼ ਕਰੀ ਜਾਂਦਾ, ਹਰਮਨ ਕਾਰ ਵਾਸ਼ 'ਚ ਗੱਡੀਆਂ ਦੇ ਕੋਲ ਵਾਹਵਾ ਸੀ, ਗੇਲਣ ਵੀ ਟੇਢਾ ਹੋ ਗਿਆ ਆਪਣਾ। ਆਪਾਂ ਟਰੈਕਟਰ ਧਵਾ ਲੈਣਾ ਹੁਣ, ਸਵਾਰ ਕੇ ਕਿਉਂ ਲਿਪੜਿਆ ਜਾਂ ਪਏ ਸਰਵਿਸ ਵਾਲਾ ਧੋਤਾ ਨਹੀਂ ਸਵਾਰ ਕੇ, ਆਹ ਵੇਖੋ ਰਿੰਮ ਲਿਪੜੇ ਪਏ ਜਾਂ ਸਵਾਰ ਕੇ ਧਵਾ ਕੇ, ਅਤੇ ਤੁਹਾਨੂੰ ਫਿਰ ਦਿਖਾਉਣੇ ਆ, ਫਿਰ ਆਪਾਂ ਡੀਜ਼ਲ ਟੂਜ਼ਲ ਲੈਣ ਚੱਲਾਂਗੇ, ਫਿਰ ਚੱਲਦੇ ਹਾਂ, ਫਿਰ ਪਾਉਣੇ ਆ ਕਾਰਵਾਈ, ਰੀਲ ਰੂਲ ਬਹਿਣੇ ਆ ਜੀ, ਸਕੀਮ ਬਣਦੀ ਤਾਂ ਬਣਾਉਣੇ ਆ। ਚਲੋ ਫਿਰ ਆਹ ਵੇਖੋ ਭਰਿਆ ਪਿਆ, ਤੁਸੀਂ ਵਿਆਹ ਤੋਂ ਪਹਿਲਾਂ ਧਵਾ ਲਈਏ, ਫਿਰ ਟਾਈਮ ਨਹੀਂ ਲੱਗਣਾ, ਵੇਖੋ ਰੱਖਦਾ ਕਾਲੂ ਹੈਲੋ ਬੇਲੀ ਆ ਤੇਰੇ ਦੋਸਤ ਹੈ ਚੱਲ ਪਿੱਛੇ ਦੇਖ ਪਿੱਛੇ ਗਿੱਲਾ ਨਹੀਂ ਹੋਜੂਗਾ, ਪਹਿਲੇ ਕੱਪੜਾ ਰੱਖਿਆ। ਲੋ ਮਿੱਤਰੋ, ਪਿੱਛੋਂ ਪਿੱਛੋਂ ਇੱਕ ਪਾਸਾ ਧੋਤਾ ਗਿਆ, ਅਤੇ ਹੁਣ ਦੋਨੇ ਸਾਈਡ ਲੰਡਾ ਹੀ ਖਿੱਚੀ ਸਾਰਨ ਭਾਈ।
ਲੋ ਮਿੱਤਰੋ ਨੱਕੀ ਹੋ ਗਿਆ ਕੋਈ ਨੀ ਉਹਦਾ ਕਰ ਦੂਗਾ ਤੇ ਯਾਰ ਮਾਰੀ ਬਈ ਇੱਕ ਤਾਂ ਮਗਰ ਇਹਦੇ ਮਾਰਤੇ ਇਹਦੇ ਤੇ ਇੱਧਰ ਨਾ ਪਵੇ ਇਹਦੇ ਬਾਕੀ ਛਤਰੀ ਦੇ ਉੱਤੇ ਮਾਰਨਾ ਯਾਰ ਛਤਰੀ ਦੇ ਉੱਤੇ ਤਾਂ ਕੋਈ ਦਿੱਕਤ ਨਹੀਂ ਉਹਦਾ ਕੋਈ ਦਿੱਕਤ ਨਹੀਂ ਮੈਨੂੰ ਫੜਾ ਯਾਰ ਆਹ ਫੜੀ ਮੈਂ ਆਪੇ ਆਪਦੇ ਰਿਸਕਰੇ ਮਾਰਨਾ ਨੱਪ ਕੇ ਰੱਖ ਨੱਪ ਕੇ ਰੱਖ ਤੈਨੂੰ ਮੈਂ ਸਾਂ ਖੜ ਜਾ ਇੱਕ ਮਿੰਟ ਖੜ ਜਾ ਪਤਵਾਲਿਆ ਤੇ ਹੁਣ ਸੀਟ ਤੋਂ ਪਹੁੰਚ ਕੇ ਸੇਠ ਜੀ ਚਲਾਉਣਗੇ ਟਰੈਕਟਰ ਤੇ ਆਪਾਂ ਹੁੰਦੇ ਹਾਂ ਹੁਣ ਤੇਲ ਪਾਉਣ ਚੱਲਦੇ ਹਾਂ ਹਿਸਾਬ ਕਰ ਲਈਏ ਹੱਲ ਹਿਸਾਬ ਕਰਦੀ ਤੈਨੂੰ ਮੱਝ ਹੁਣ ਚੱਲਦੇ ਹਾਂ ਆਪਾਂ ਤੇਲ ਪਾਉਣ ਚੱਲਦੇ ਹੁਣ ਪਵਾ ਕੇ ਛਤਰੀ ਤਾਂ ਮਾੜੀ ਮਾੜੀ ਮਿਲਦੀ ਆ ਮਾਰ ਲੈ ਕੱਪੜਾ ਮਾਰ ਲੈ ਆਪ ਕੱਪੜਾ ਲੈ ਫੜੀ ਛੋਟੇ ਨੂੰ ਫੜਾ ਯਾਰ ਚੱਲ ਫੜਾ ਬੰਦ ਕਰਦੇ ਟਰੈਕਟਰ 4000 ਲੀਟਰ ਅੱਜ ਪੈਣੇ ਨੀ ਐਚ ਪੀ ਆਈ ਸੀ ਆਹ ਵੀ ਫੁੱਲ ਕਰਾਉਣੀ ਆ ਗਿੱਲ ਨੂੰ ਫੁੱਲ ਕਰਾਉਣਾ ਯਾ ਸਰ ਯਾ ਆਫ ਕੋਰਸ ਉਹ ਇੱਕ ਘਾਹ ਨੂੰ ਹਾਂ
ਆ ਫੁੱਲ ਕਰਨੀ ਆ ਕਲਾ ਵੀ ਕਪੜਾ ਨਹੀਂ ਆ ਕਪੜਾ ਕਿੱਥੇ ਮਗਰ ਸੈੱਟ ਕਰਾ ਹੀ ਚੱਲ ਗਏ ਮਗਰ ਨੂੰ ਹੋ ਜਾ ਹਾਂ ਯਾਰ ਪੱਟਣਾ ਪਊਗਾ ਪੱਟ ਦਿੰਦੇ ਮੈਂ ਸਾਰਾ ਪੱਟ ਦੇ ਉਤਲਾ ਨਾ ਉਤਲਾ ਪੱਟੇਗਾ ਹਾਂ ਖਿੱਚ ਦੇ ਸਾਫ ਹੋ ਕੇ ਲੱਗ ਜੂਗਾ ਇਨਵਲੇਟਰ ਇਨਵਲੇਟਰ ਲੈ ਕੇ ਚੱਲਾਂਗੇ ਦਿਖਾ ਦਾਂਗੇ ਉਹਨੂੰ ਇਨਵਲੇਟਰ ਲੈ ਕਰ ਲੈ ਬੇਟਾ ਇਸਕੋ ਸਾਫ ਕਰੇਂਗੇ ਔਰ ਲਗਾਏਂਗੇ ਇਸਕੇ ਉੱਪਰ ਨਏ ਵਾਲਾ ਕੁਛ ਕਰਾਂਗੇ ਆਪਾਂ ਹੁਣ ਕਿੱਥੇ ਚੱਲਣਾ ਆਪਾਂ ਲੱਖੇ ਕੋਲ ਚੱਲ ਗਏ ਲੈ ਮਿੱਤਰੋ ਤੁਹਾਨੂੰ ਦਿਖਾਉਣੇ ਆਪਾਂ ਤੇਲ ਟੱਪ ਵਾਲਿਆ ਸੀ ਪੰਪ ਤੋਂ ਬਾਕੀ ਪੰਜਾਬ ਚ ਲਿਆਵਾਂਗੇ ਤੇ ਹੁਣ ਵਾਹੁਣ ਬੀਜਣ ਵੇਲੇ ਕੁਛ ਨਹੀਂ ਹੁੰਦਾ ਹੁਣ ਪਹਿਲਾਂ ਆਪਾਂ ਪਿਛਲੇ ਪਾਸੇ ਹੈ ਨਾ ਉਹ ਪੱਟਾ ਜਿਹੜਾ ਉਹ ਕਰਾਉਣੇ ਲੱਖੇ ਤੋਂ ਧਾਲੀਵਾਲ ਤਾਂ ਅੱਜ ਆਇਆ ਨੀ ਯੈਲੋ ਸਰ ਹੈ ਸੈੱਟ ਆ ਸੇਠ ਜੀ ਮੈਂ ਤੇ ਸੇਠ ਜੀ ਆ ਗਏ ਲੱਖੇ ਕੋਲੇ ਹੁਣ ਲੱਖਿਆ ਆਪਾਂ ਦੂਰੀ ਵਾਰ ਕਰਾਉਣੇ ਆ ਪੱਟਿਆ ਗਿਆ ਸੀ ਬਾਕੀ ਹੋਰ ਕੋਈ ਟੱਚ ਵਿੱਚ ਵੇਹਣੇ ਜਾਂ ਸੂਟ ਕਰਨ ਵਾਲਾ ਹੈਗਾ ਕਿ ਨਿਊ ਆਈਟਮ ਇਹਦੇ ਕੋਲੇ ਅੱਜ ਆਪਾਂ ਨਿਊ ਆਈਟਮ ਵੇਖੀਏ ਨਵੀਂ ਚੀਜ਼ ਪਈ ਹੋਵੇ ਬੋਲੋ ਹੌਲੀ ਹੌਲੀ ਚੀਜ਼ ਕਰਾਉਣੇ ਆਪਾਂ ਨਿਊ ਆਈਟਮ ਕੀ ਪਈ ਹੈ ਯਾਰ ਕੋਈ ਵੇਖੀਏ ਸਟਿੱਕਰ ਯਾ ਬ੍ਰੋ ਯਾ 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 ਦਿਲ ਚੋ ਬਰਾਂ ਦੇ ਠੱਗ ਆ ਲਵਾ ਦਈਆ ਛਤਰੀ ਤੇ ਚੱਲ ਵਹਿਣੇ ਸਰ ਮਤਲਬ ਕਿ ਨਿਊ ਜੀ ਆਈਟਮ ਓਹੋ ਜਦੋਂ ਖੋਲੂ ਉਦੋਂ ਅਗਲਾ ਇੱਟ ਮਾਰ ਕੇ ਰਾਹ ਲੱਗੂਗਾ ਬਸ ਘਰ ਆਉਣਾ ਮਤਲਬ ਕਿ ਜਿਹੜਾ ਰੇਤਾ ਸੀ ਜਾਂ ਪਹਿਲਾਂ ਵਾਲੇ ਦਾ ਨਿਸ਼ਾਨ ਜੇ ਸੀਗੇ ਉਹ ਮਿਟ ਜਾਣਗੇ ਨਾਈਸ ਲੱਗਣ ਲੱਗ ਜੂਗਾ ਨੰਬਰ ਪਲੇਟ ਤੋਂ ਪਹੁੰਚਦੀ ਬਾਈ ਮੇਰਾ ਨੰਬਰ ਪਲੇਟ ਹੋ ਜੂ ਨਾ ਸਾਫ਼ ਲੈ ਮਿੱਤਰ ਹੋ ਗਈ ਕਾਲੀ ਜਮਾ ਪੇਟੀ ਹੁਣ ਆਪਾਂ ਛਤਰੀ ਦੇ ਵਹਿਣੇ ਮਾਰਦੇ ਆ ਵਧੀਆ ਬਸ ਬਹੁਤ ਬਾਈ ਆ ਯਾਰ ਨੰਬਰ ਪਲੇਟ ਕਰਦੀ ਮਿੱਤਰੋ ਮੈਂ ਕਿਹਾ ਚੱਲ AK-47 ਪਟਾ ਦਈਏ ਤੇ ਕੋਈ ਨਵੀਂ ਚੀਜ਼ ਕਰਾ ਦਿੰਦੇ ਆ ਕੋਈ ਇਹਦਾ ਖਰਚਾ ਨਹੀਂ 100-50 ਖਰਚਾ 100 ਰੁਪਈਆ ਬਸ ਟਰੈਕਟਰ ਧੋ ਲਿਆ ਸੀ ਆਪਾਂ ਅੱਜ ਤੇ ਪੱਟ ਕੇ ਇੱਥੇ ਕੋਈ ਨਵੀਂ ਚੀਜ਼ ਲਾ ਦਿੰਦੇ ਹਾਂ ਮਾੜੀ ਸਪਰੇ ਮਾਰ ਕੇ ਬਾਈ ਇਹਨੂੰ ਸਾਫ਼ ਕਰਕੇ ਨਾ ਲਾਲ ਸਪਰੇ ਮਾਰ ਦੀ ਜਿੱਥੋਂ ਕਿਤੇ ਉੱਤੋਂ ਤੋਂ ਵੱਜਦੀ ਆ ਮਾਰ ਕੇ ਤੇ ਉਦੋਂ ਬਾਅਦ ਕੁਛ ਵਹਿਣੇ ਆਪਾਂ ਐਕਸਟਰਾ ਚੀਜ਼ ਨਵੀਂ ਜੀ ਚਲੋ ਫਿਰ ਤੁਹਾਨੂੰ ਦਿਖਾਉਂਦੇ ਨੈਕਸਟ ਬਾਈ ਉਹਨੇ ਉਹ ਪੱਟਦਾ ਮੇਰਾ ਕਾਲੂ ਡਾਊਨ ਕੀ ਕਰੀ ਜਾਂਦਾ ਮੈਂ 600 ਰੁਪਏ ਮੂੰਹ ਤੇ ਲਾਤਾ ਮੇਰੇ ਮੂੰਹ ਨੂੰ ਕੋਈ ਫਰਕ ਨੀ ਪਿਆ ਮੈਂ ਉਵੇਂ ਦਾ ਕਾਲਾ ਤੇ ਕਾਲਾ ਮੈਂ ਮੰਨ ਗਿਆ ਮੈਂ ਕਾਲਾ
ਭੈਣਚੋ ਮੇਰਾ ਸਾਲਾ ਮੂੰਹ ਤੇ ਮੇਕਅਪ ਕਰਕੇ ਜਾਂਦਾ ਹੈ ਮੇਰੇ ਮੂੰਹ ਤੇ ਮੇਕਅਪ ਕਰਕੇ ਜਾਣਾ ਮੈਨੂੰ ਘਰਦਿਆਂ ਨੇ ਦੱਸਿਆ ਤੂੰ ਮੇਕਅਪ ਕਰਕੇ ਜਾਣਾ ਮੇਕਅਪ ਕਰਕੇ ਨਾ ਵਿਆਹ ਤੇ ਉਹ ਭੈਣਚੋ ਤਾਂ ਵੱਜਦੀ ਬਹੁਤ ਮੇਕਅਪ ਕਰਕੇ ਜਾਂਦਾ ਮੂੰਹ ਤੇ ਪਾਊਡਰ ਪਾਊਡਰ ਮਾਰ ਕੇ ਨਾ ਪੂਰਾ ਭਰਾਵਾ ਬਈ ਫੇਅਰ ਐਂਡ ਲਵਲੀ ਲਾਉਣਾ ਮੈਂ ਫੇਅਰ ਐਂਡ ਲਵਲੀ ਨਹੀਂ ਉਹਦੇ ਉੱਤੋਂ ਪਾਊਡਰ ਪਾਊਡਰ ਜਿਹੜਾ ਬੁੜੀਆਂ ਵਾਲਾ ਪਰਫਿਊਮ ਜਿਹਾ ਹੁੰਦਾ ਨਾ ਉਹ ਲਾ ਕੇ ਜਾਂਦਾ ਬਈ ਪੂਰਾ ਵਿੱਚ ਜੇ ਚਲਾ ਹਾਈਲਾਈਟਰ ਵੀ ਕਰਕੇ ਜਾਂਦਾ ਅੱਖਾਂ ਉੱਖਾਂ ਉਹਦਾ ਉੱਤੇ ਬਾਥਰੂਮ ਚ ਜਾਂਦਾ ਬਾਅਦ ਚ ਮੂੰਹ ਤੇ ਸੀਸੇ ਮੇਰੇ ਲਾ ਕੇ ਆਉਂਦਾ ਕਹਿੰਦਾ ਮੇਰੀ ਤੇਸਾ ਦਾ ਨਹੀਂ ਨਾ ਪੱਟ ਵਾਲ ਬਟੇਗਾ ਕਾਲੀਆ ਜੀ ਫੋਟੋ ਠੋਕੂਗਾ ਤੇ ਕਿੰਨੀ ਕੁ ਤੇਰੀ ਫੈਨ ਫੋਲੋਇੰਗ ਮੈਂ ਲੱਖ ਹੈ ਵੀ ਤੂੰ ਰਿਪੋਰਟ ਕਰਾ ਕੇ ਬੰਦ ਕਰਾ ਦੇਗਾ 15 ਐ ਲੱਗਦਾ ਯੂਪੀ ਤੋਂ ਭਈਆ ਭੱਜ ਕੇ ਆਇਆ ਹੁੰਦਾ ਮੈਂ ਯੂਪੀ ਤੋਂ ਭਈਆ ਨਹੀਂ ਪਤਾ ਕੀ ਲੱਗਣੇ ਇੱਕ ਯਾਰ ਲੱਖੇ ਨੇ ਉਹ ਕੱਢ ਲਿਆ ਮੂਸਾ ਜੱਟ ਬੱਲੇ 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 ਕਰਕੇ ਮਾਰਾ ਹੱਥ ਵਿਚਾਲੇ ਨਹੀਂ ਆਏ ਕਿੱਧਰ ਨੂੰ ਚੱਲ ਗਏ ਠੀਕ ਆ ਬਾਈ ਜੀ ਮਿੱਤਰੋ ਮੂਸੇ ਵਾਲਾ ਪੱਟਿਆ ਗਿਆ ਤੇ ਕਰ ਲਿਆ ਤਿਆਰ ਇਹਨੂੰ ਹੁਣ ਆਪਾਂ ਲੈ ਜਾਣਾ ਚੱਕ ਕੇ ਤੇ ਹੁਣ ਟਰੈਕਟਰ ਤੇ ਲਾਵਾਂਗੇ ਇੱਧਰ ਆ ਜਾਓ ਹੁਣ ਤੁਹਾਨੂੰ ਫਿਰ ਦਿਖਾਉਣੇ ਆਊਟਲੈਟ ਨਾਲ ਦੀ ਨਾਲ ਦੇਖਦੇ ਚੱਲੋ ਹੈ ਅੱਜ ਤਾਂ ਨਹਾਤਾ ਨਹੁਤਾ ਹੈ ਨਹੀਂ ਕਾਲੀ ਸ਼ਕਲ ਨੂੰ ਵਾਈਟ ਕਰ ਲਾਂਗੇ ਨਹਾਤੇ ਧੋਤੇ ਹੈ ਨਹੀਂ ਯਾਰ ਅੱਜ ਤਾਂ ਹੈ ਸਾਫ ਸਪਰੇਅ ਜੀ ਵੱਜ ਗਈ ਨਾ ਸਿੱਧਾ ਕਰਕੇ ਲਾਈ ਮੇਰਾ ਵੀਰ ਮੈਂ ਤਾਂ ਹੁਣ ਸਹੀ ਗੱਲ ਦੱਸਣੀ ਸੀ ਮੈਂ ਤਾਂ ਕਹਿੰਦਾ ਫਟਫੜ ਵਿੱਚ ਪਾਉਂਦਾ ਆਹ ਬੜਾ ਲਾਦਾ ਮੂਸੇ ਵਾਲਾ ਜਾਉਂਦਾ ਬਿੱਲੋ ਟੇਢਾ ਹੈਗਾ ਲੱਖੇ ਚੱਲ ਪਛਾਣ ਤਾਂ ਆਉਂਦੀ ਆ ਪਰ ਇੰਨੀ ਨਹੀਂ ਹੁੰਦੀ ਉਹਦੀ ਜ਼ਿਆਦਾ ਆਉਂਦੀ ਹੈ ਨਾ ਪੰਗੇ ਨਾ ਲਿਆ ਕਰ ਬਾਈ ਯਾਰ ਰਹਿਣ ਦੇ ਬਾਈ ਬਣ ਕੇ ਇੱਕ 47 ਪੱਟ ਕੇ ਹੈ ਆ ਜੂਗੀ ਸਾਰੀ ਸਹੀ ਆ ਮਾੜਾ ਬੈਕ ਨੂੰ ਕਰ ਖਾ ਪਿੱਛੇ ਨੂੰ ਬਸ ਕੋਈ ਨੀ ਕੋਈ ਐ ਤਾਂ ਕੀ ਦਿੱਕਤ ਆ ਯਾਰ ਲਾ ਦੇ ਸਿੱਧੀ ਸਿੱਧੀ ਲਾਈ ਨਵੀਂ ਲਵਾ ਤੀ ਇਹ 47 ਹੋਰ ਕਿੰਨੇ ਘੰਟੇ ਬਣਾਉਂਦਾ ਵਲੋਗ ਜਿੱਦਾਂ ਵਿਹਲਾ ਹੋਵਾਂ ਉਹਦੇ ਵਲੋਗ ਬਣਾਉਂਦੇ ਹੁੰਦੇ ਆਪਾਂ ਚੱਕੋ ਵੀ ਪਿੱਛੇ ਵੀ ਲਾ ਗਿਆ ਕਰੋ ਚੈੱਕ ਲੰਡੂਆਂ ਦੀ ਚੱਕਣੀ ਦੇ ਕੋਲ ਸਹੀ ਕਰਕੇ ਲਿਖਾ ਤਾ ਮੂਸੇ ਵਾਲੀ ਫੋਟੋ ਲੋ ਮਿੱਤਰੋ ਇੱਕ ਵਾਰ ਤੂੰ ਹੀ ਕੱਢ ਕੇ ਦਿੱਤੀ ਉਦੋਂ ਮੈਂ ਨਹੀਂ ਕੱਢੀ ਤੂੰ ਹੀ ਕੱਢੀ ਸੀ ਪਤਾ ਨਹੀਂ ਤੇਰੇ ਭਰਾ ਨੇ ਕੱਢ ਗਿਆ ਫੋਟੋ ਖਿੱਚ
ਖਿੱਚ ਦਿੰਦਾ ਯਾਰ ਬਾਈ ਯਾਰ ਗੱਲ ਹੈ ਯਾਰ ਕੋਈ ਖਿੱਚਦੀ ਜਿੰਨੀਆਂ ਮਰਜ਼ੀ ਖਿਚਾ ਲਓ ਯਾਰ ਹੁਣ ਗੱਲ ਜੀ ਬਣ ਲੱਗ ਗਈ ਮਾਂ ਜਾਵੇ ਲਫੈਰ ਜੇ ਕੱਢ ਕੇ ਲਾਈ ਚੱਕੋ ਬਈ ਹਿਸਾਬ ਸਿਰ ਜੀ ਤੇ ਚੱਕ ਲਾ ਯਾਰ ਆਹ ਗਾਹਾਂ ਜੇ ਕਰਕੇ ਲਾ ਦੀ ਯਾਰ ਮਾੜਾ ਪਿੱਛੇ ਲਾ ਪਿੱਛੇ ਇੱਧਰ ਹਾਂ ਇੱਦਾਂ ਹੋਰ ਇੱਧਰ ਲਾਈ ਲਾ ਦੇ ਬਸ ਵੱਜ ਗਈ ਗੋਲੀ ਇੱਧਰ ਜੇ ਕਰਕੇ ਲਾ ਦੇ ਦੱਸੋ ਵੀ ਮਿੱਤਰ ਆਪਾਂ ਚੱਲਦੇ ਹਾਂ ਘਰੇ ਰੈਡੀ ਆਪਣਾ ਕੰਮ ਸਾਰਾ ਓਕੇ ਫਿਰ ਚੱਲ ਗਏ ਚਲੋ ਮਿਲਦੇ ਆਪਾਂ ਨੈਕਸਟ ਵਲੌਗ ਮਿਲਦੇ ਵਧੀਆ ਜਿਹਾ ਬਣਾ ਕੇ ਠੀਕ ਹੈ ਜੀ।